लो जी अस्सलाम वालेकुम जनाब। अल्लाह पाक तुहाडे ते रहमत करे, तुहाडे ते रहमत करे जनाब। ते इक छोटी इक होर विशेरी जी माशाल्लाह ਇਹ ਜਿਹੜਾ ਹੈਗਾ ਉਹ ਉੱਤੇ ਪਟਕਾ ਪਾਇਆ ਹੋਇਆ ਜੇ ਅਤੇ ਫੋਰ ਸੇਲ ਜੇ ਅਸੀਂ ਤੁਹਾਨੂੰ ਵਿਸ਼ੇਰੀ ਤੁਹਾਨੂੰ ਦਿਖਾਉਂਦੇ ਹਾਂ। ਲੋਕ ਵੀ ਜਿਹੜੇ ਕਹਿੰਦੇ ਦੇਖ ਦੁੱਖ ਰਹੇ ਨੇ ਲੈਣ ਵਾਲੇ ਵੀ, ਅਤੇ ਜਨਾਬ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਨਸ਼ਾ ਅੱਲਾਹ ਤਾਲਾ ਇਸ ਨਜ਼ਰੀਏ ਦੇ ਉੱਤੇ। ਜੇਕਰ ਤੁਹਾਨੂੰ ਪਸੰਦ ਆ ਜਾਵੇ ਤਾਂ ਜਨਾਬ ਤੁਸੀਂ ਇਹ ਜਿਹੜਾ ਹੈਗਾ ਨਾ ਉਹ ਤੁਸੀਂ ਲੈ ਸਕਦੇ ਜੇ। ਸੋਹਣਾ ਜਿਸਮ ਹੈਗਾ ਅਤੇ ਸੋਹਣੇ ਕਾਨੇ ਕਹਿੰਦੇ ਔਰ ਛਿਟਕੇ ਵਰਗੀ ਵਿਸ਼ੇਰੀ ਜੇ ਜਨਾਬ ਹੈ। ਪੁਸ਼ਲ ਪੁਸ਼ਲ ਤੁਸੀਂ ਵੇਖੋ, ਡਾਂਟੀਆਂ ਬੁਜੀਆਂ ਵੀ ਤੁਸੀਂ ਮਾਸ਼ਾ ਅੱਲਾਹ ਤੁਸੀਂ ਵੇਖੋ ਐਲ ਅਤੇ ਖੂਬਸੂਰਤ ਚੀਜ਼ ਹੈਗੀ ਜੇ। ਅਤੇ ਅਸੀਂ ਪੁੱਛਦੇ ਹਾਂ ਇਹਦੀ ਉਮਰ ਕਿੰਨੀ ਹੈ। ਕਲਰ ਮਾਸ਼ਾਅੱਲਾ ਕਲਰ ਵੀ ਸੋਹਣਾ, ਪੈਰ ਵੀ ਮਾਸ਼ਾਅੱਲਾ ਸੋਹਣੇ ਹੈਗੇ ਜੇ। ਅਤੇ ਵੀਰ ਜੀ ਦੀ ਅਸਲਾਮ ਵਾਲੇਕੁਮ, ਵੀਰ ਜੀ ਦੀ ਕਿੰਨੀ ਕੁ ਉਮਰ ਹੈਗੀ ਹੈ? ਉਮਰ ਹੈ 11 ਮਹੀਨੇ ਪੂਰੀ ਹੋ ਗਈ। ਅੱਛਾ, ਯਾਨੀ ਸਾਲ ਨਹੀਂ ਹੋਈ ਹਾਲੇ? ਸਾਲ ਨਹੀਂ। ਠੀਕ ਹੈ, 11 ਮਹੀਨਿਆਂ ਦੀ ਜਨਾਬ 25 ਹੈਗੀ ਜੇ। ਅਤੇ ਇਹਦੇ ਕਿੰਨੇ ਪੈਸੇ ਜਨਾਬ ਮੁੱਲ ਕਰ ਰਹੇ ਜੇ? 95,000। ਅਸੀਂ ਥੋੜ੍ਹੀ ਜਿਹੀ ਅਸੀਂ ਤੋੜ ਕੇ ਵਹਾਉਂਗੇ ਜ਼ਰਾ ਅਸੀਂ ਉੜਾ। ਲਓ ਜੀ 95,000 ਰੁਪਇਆ ਜਨਾਬ ਮੁੱਲ ਕਰਦੇ ਪਏ ਨੇ। ਅਤੇ ਇਹਦੇ 'ਚ ਜਨਾਬ ਹੋਰ ਪਿਆਰ ਮੁਹੱਬਤ ਹੋ ਜਾਏਗਾ। ਅਤੇ ਮਾਸ਼ਾਅੱਲਾ ਸੋਹਣੀ ਵਿਛੇਰੀ ਹੈਗੀ ਜੇ। ਅਤੇ ਜਨਾਬ ਇੱਥੇ ਜਿਹੜੇ ਜਿੰਨੇ ਵੀ ਬੱਚੇ ਵਿਛੇਰੇ ਆਉਂਦੇ ਨੇ ਮਾਸ਼ਾਅੱਲਾ ਅੱਛੇ ਵੀ ਆ ਜਾਂਦੇ ਨੇ। ਬੜੀ ਸਸਤੀ ਮੰਡੀ ਹੈ, ਮੰਡੀਆਂ ਦੇ ਵਿੱਚੋਂ ਮੰਡੀ ਜਨਾਬ ਇਹ ਸਸਤੀ ਮੇਰੇ ਨਜ਼ਦੀਕ ਜਿਹੜੀ ਹੈ ਇਹ ਸਸਤੀ ਮੰਡੀ ਜੇ। ਅਤੇ ਬੜੀ ਫਰਮਾਇਸ਼ ਆ ਰਹੀ ਸੀ ਕਿ ਗੁਜਰਾਤ ਮੰਡੀ ਦਾ ਜਨਾਬ ਬਾਬਾ ਜੀ ਵਿਜ਼ਿਟ ਕਰੋ ਅਤੇ ਸਾਨੂੰ ਜਾਨਵਰਾਂ ਦੇ ਜ਼ਰਾ ਦੱਸੋ ਵੀ ਉੱਥੇ ਜਾਨਵਰਾਂ ਦੇ ਕੀ ਹਾਲਾਤ ਨੇ। ਅਤੇ ਮਾਸ਼ਾਅੱਲਾ ਇਹ ਵਿਛੇਰੀ ਜਿਹੜੀ ਹੈਗੀ ਜੇ ਫੋਰ ਸੇਲ ਜੇ, ਅਤੇ 90,000 ਰੁਪਈਆ ਜਨਾਬ ਇਹਦਾ ਮੁੱਲ ਕਰਦੇ ਪਏ ਜੇ। ਅਤੇ ਬਾਕੀ ਪਿਆਰ ਮੁਹੱਬਤ ਹੋ ਜਾਏਗਾ। ਲਓ ਜੀ ਸੌਦਾ ਸੁਧਾ ਹਾਲੇ ਕਰਦੇ ਪਏ ਜੇ, ਵੇਖ ਲੈਂਦੇ ਹਾਂ ਕੀ ਲਾਉਂਦੇ ਲਾਉਂਦੇ ਨੇ। ਲਾਓ ਲਾਓ ਰੇਟ ਸ਼ੇਟ ਲਾਓ। ਘਰ ਦੀ ਵਿਛੇਰੀ ਹੈ, ਇਹਦੀ ਮਾਂ ਵੀ ਹੈਗੀ ਅਤੇ ਪਿਓ ਇਹਦਾ ਕਿਹੜਾ? ਸਾਵੇ ਘੋੜੇ ਮਾਂ ਦਾ ਇਹਦੇ ਇਹ ਕਲਰ ਹੈ, ਮਾਂ ਸਾਵੀ ਹੈ ਅਤੇ ਵਿੱਚੋਂ ਇਹ ਨਿਕਲਿਆ ਹੀ ਹੈ। ਅੱਲਾ ਦੀ ਕੁਦਰਤ ਹੈ ਜੀ। ਲਓ ਜਨਾਬ ਅਤੇ ਨੰਬਰ ਜ਼ਰਾ ਦੱਸੋ ਵੀਰ ਜੀ। 0346 8683 9443 ਅਤੇ ਐਡਰੈਸ ਆ ਪਿੰਡ ਆਪਣਾ ਠੀਕ ਹੈ। ਹੋਰ ਵੀ ਕੋਈ ਸੇਲ ਵਾਸਤੇ ਜਾਨਵਰ ਤੁਹਾਡੇ ਕੋਲ ਹੈਗੇ ਨਾ? ਤੁਹਾਡਾ ਨੰਬਰ ਹੈ ਜਿਹੜਾ ਵਟਸਐਪ ਹੈ ਜੀ? ਵਟਸਐਪ ਨੰਬਰ ਮੇਰਾ ਹੋਰ ਹੈ। ਅੱਛਾ, ਵਟਸਐਪ ਦੱਸ ਦਿਓ, ਹੋ ਸਕਦਾ ਕੋਈ ਤਸਵੀਰਾਂ ਮੰਗਾ ਲਵੇ। 0305 ਜੀ 50 61 ਹਾਂਜੀ 527 527। ਨਾਮ ਫਿਰ ਆਪਣਾ ਇੱਕ ਵਾਰੀ ਦੱਸ ਦਿਓ। ਸੁਹੇਲ। ਲਓ ਜੀ ਸੁਹੇਲ ਸਾਹਿਬ ਕੋਲ ਇਹ ਵਿਛੇਰੀ ਹੈਗੀ ਜੇ। ਅੱਲਾ ਕਰੇ ਇਹਨਾਂ ਦੀ ਇੱਥੇ ਵਿਕ ਜਾਵੇ, ਜੇਕਰ ਨਹੀਂ ਵਿਕਦੀ ਤਾਂ ਤੁਸੀਂ ਕਾਲ ਕਰਕੇ ਚੈੱਕ ਕਰ ਸਕਦੇ ਜੇ। ਅਤੇ 95 ਮੰਗਦੇ ਪਏ ਜੇ ਇਹਦੇ ਨਾਲ, ਹੋਰ ਕਿੰਨਾ ਕੁ ਪੈਸੇ ਪਿਆਰ ਮੁਹੱਬਤ ਹੋ ਜਾਏਗਾ? ਬਸ ਜੀ ਮੈਂ ਪਿਆਰ ਮੁਹੱਬਤ ਕਰਾਂ ਗੱਲ ਉਹਨੇ ਕਿਹਨੇ ਪਹਿਲਾਂ ਆਇਆ? ਉਹਨੇ 60 ਕਿਆ ਕਿਲਾ 70 ਆ ਕਿਆ, ਮਤਲਬ ਬੱਚੇ 75 ਆ ਦਿਨ ਆਪਣੀ ਆਪਣੀ ਬੋਲੀ ਆ ਕੇ ਸਦੀ। ਠੀਕ ਹੈ, ਲਓ ਜੀ 70-75 ਉਹਨਾਂ ਨੂੰ ਲੱਗਦਾ ਪਿਆ। ਅਤੇ ਖੁਆਇਸ਼ਮੰਦ ਹਜ਼ਰਾਤ ਜਿਹੜੇ ਕੋਈ ਲੈਣਾ ਚਾਹੁੰਦੇ ਨੇ ਰਾਈਡਿੰਗ ਵਾਸਤੇ, ਬੱਚਿਆਂ ਦੀ ਰਾਈਡਿੰਗ ਵਾਸਤੇ ਲੈ ਸਕਦੇ ਨੇ। ਅਤੇ ਸੀਲ ਸਾਊ ਹੈਗੇ ਜੀ, ਜਰਾ ਇਹਨੂੰ ਹੱਥ ਮਾਰੀ। ਲਓ ਜੀ ਸੀਲ ਸਾਊ ਹੈਗੀ ਜੇ। ਅਤੇ ਨੰਬਰ ਜਨਾਬ ਤੁਹਾਡੇ ਕੋਲ ਆ ਗਿਆ। ਅਤੇ ਲਓ ਜਨਾਬ ਵੀਡੀਓ ਇਹ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਕਰ ਦਿਆ ਜੇ, ਅਤੇ ਬਾਬੇ ਦੇ ਚੈਨਲ ਵੀ ਸਬਸਕ੍ਰਾਈਬ ਕਰ ਦੇਵੋ। ਅਤੇ ਜਨਾਬ ਹੋਰ ਚੱਲਦੇ ਜੀ ਮਜ਼ੀਦ, ਤੁਹਾਨੂੰ ਮਾਸ਼ਾਅੱਲਾ ਇੱਥੇ ਵਿਖਾਉਣ ਹੈ ਕੋਈ ਵਿਛੇਰੀ ਹੋਰ? ਹੋਰ ਵਿਛੇਰੀ ਕਿਹੜੀ ਵਿਛੇਰੀ? ਲਓ ਜੀ ਇੱਕ ਹੋਰ ਮਾਸ਼ਾਅੱਲਾ ਘੋੜੀ ਹੈਗੀ ਜੇ, ਅਤੇ ਇਹ ਵੀ ਫੋਰ ਸੇਲ ਹੈਗੀ ਜੇ। ਅਤੇ ਇਹਨਾਂ ਦੇ ਕੋਲ ਅੱਗੇ ਵੀ ਦੋ ਸਾਵੀਆਂ ਤੁਸੀਂ ਦੇਖੀਆਂ ਹੋਣਗੀਆਂ, ਵੀਡੀਓ ਬਣਾਈ ਸੀ ਦੋ ਸਾਵੀਆਂ ਘੋੜੀਆਂ ਦੀ। ਅਤੇ ਇਹਨਾਂ ਦਾ ਪਤਾ ਕਰਨੇ ਆ ਵੀਰ ਜੀ ਕਿੰਨੇ ਪੈਸੇ ਜਾਂਦੇ? 70। ਲਓ ਜੀ ਇਹਦੇ 70,000 ਰੁਪਇਆ ਜੇ ਜਨਾਬ, ਅਤੇ ਨੰਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਆ। ਆਪਣਾ ਨਾਮ ਪਹਿਲੇ ਵੀਰ ਜੀ ਦੱਸੋ, ਅਤੇ ਉਹਨਾਂ ਨੰਬਰ ਆਪਦਾ ਦੱਸੋ। 0317 73 53 215 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
ਆ ਗਈ ਜੇ ਤੇ ਅਗਰ ਸਾਡੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਇਹ ਜਾਨਵਰ ਚੰਗਾ ਲੱਗਿਆ ਹੋਵੇ ਇਹ ਜਾਨਵਰ ਚੰਗਾ ਲੱਗਿਆ ਹੋਵੇ ਤਾਂ ਸਾਡੀ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਿਆ ਜੇ ਤੇ ਜਨਾਬ ਇਜਾਜ਼ਤ ਚਾਹਨੇ ਜਨਾਬ ਇਨਸ਼ਾ ਅੱਲਾਹ ਤਾਲਾ ਫਿਰ ਮੁਲਾਕਾਤ ਹੋਵੇਗੀ ਜਨਾਬ ਤੇ ਇਨਸ਼ਾ ਅੱਲਾਹ ਤਾਲਾ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਬਛੇਰੀ ਚੰਗੀ ਹੈਗੀ ਹੈ ਤੁਸੀਂ ਕਾਲ ਕਰ ਸਕਦੇ ਜੇ ਤੇ ਇਜਾਜ਼ਤ ਚਾਹਨੇ ਜਨਾਬ ਅੱਲਾਹ ਹਾਫਿਜ਼ ਫੀ ਮਾਨੁਲਾਹ।